ਕੀ ਨਾਮ ਜੀ? ਬਲਵਿੰਦਰ ਕੌਰ ਜੀ। ਕਿੱਥੇ ਰਹਿੰਦੇ ਹੋ? ਅਸੀਂ ਸਰਜੀਤ ਕਲੋਨੀ ਚ ਰਹਿੰਦੇ ਹਾਂ ਜੀ। ਕਿੱਥੇ ਪੈਂਦੀ ਹੈ? ਇਹ ਜਗੀਰਪੁਰ ਰੋਡ ਤੇ ਪੈਂਦੀ ਹੈ ਜੀ। ਕੀ ਮਾਮਲਾ ਕੀ ਹੈ ਤੁਹਾਡੇ ਘਰ ਚੋਰੀ ਹੋਈ ਹੈ? ਹਾਂਜੀ ਭਾਅ ਜੀ, ਅਸੀਂ ਆਪਣੇ ਕਿਨਾਂ ਦਿੱਲੀ ਗਏ ਹੋਏ ਸੀ। ਅਸੀਂ ਦਿੱਲੀ ਗਏ ਹਾਂ ਤੇ ਅਸੀਂ ਪਲਾਟ ਵੇਚਿਆ ਹੋਇਆ ਸੀ, ਉਹਦਾ ਬਿਆਨਾ ਹੋਇਆ ਸੀ। ਦੇ ਜਦੋਂ ਅਸੀਂ ਆ ਕੇ ਦੇਖਿਆ ਤੇ ਆਪਣੇ ਕਿਨਾਂ ਚਾਬੀ ਲੱਗੀ ਹੋਈ ਸੀ, ਗੇਟ ਨੂੰ ਵੀ ਚਾਬੀ ਲੱਗੀ ਹੋਈ ਸੀ, ਸਾਰੇ ਅਲਮਾਰੀਆਂ ਨੂੰ ਵੀ ਚਾਬੀ ਲੱਗੀ ਹੋਈ ਸੀ। ਅਤੇ ਆ ਕੇ ਦੇਖਿਆ, ਅਸੀਂ ਦੇਖਿਆ ਜਦੋਂ ਅੰਦਰ ਵੜੇ, ਸਾਰੇ ਦਰਵਾਜ਼ੇ ਵੀ ਖੁੱਲ੍ਹੇ ਹੋਏ ਸੀ, ਅਲਮਾਰੀਆਂ ਵੀ ਖੁੱਲ੍ਹੀਆਂ ਸੀ, ਸਾਰਾ ਸਮਾਨ ਖਿਲਰਿਆ ਹੋਇਆ ਸੀ। 3 ਲੱਖ ਰੁਪਇਆ ਕੈਸ਼ ਸੀ ਸਾਡੇ ਘਰ, ਅਤੇ ਬਾਕੀ ਗੋਲਡ ਸੀ, 8-9 ਤੋਲੇ 10 ਤੋਲੇ। ਜਦੋਂ ਆ ਕੇ ਦੇਖਿਆ ਸਾਰਾ ਕੁਝ ਖਿਲਰਿਆ ਪਿਆ ਸੀ, ਕੋਈ ਸਮਾਨ ਨਹੀਂ ਸੀ, ਕੋਈ ਛੱਡਿਆ ਸੀ ਨਹੀਂ ਸੀ ਹੈਗਾ। ਹੁਣ ਸਾਨੂੰ ਪਤਾ ਨਹੀਂ ਘਰ ਦੇ ਨੇ ਜਾਂ ਕਿਸ ਤਰ੍ਹਾਂ ਬਾਹਰ ਦੇ ਨੇ ਜਾਂ ਕਿੱਦਾਂ, ਬੱਚੇ ਮੇਰੇ ਸਾਰੇ ਬਾਹਰ ਨੇ, ਮੈਂ ਤਾਂ ਮੇਰੀ ਗੁੜੀਆ ਹੀ ਰਹਿੰਦੇ ਹਾਂ ਇੱਥੇ, ਦੋਨੇ ਜਾਣੇ ਘਰ ਦੇ ਮੇਰੇ ਵੀ ਬਾਹਰ ਨੇ, ਬੱਚੇ ਵੀ ਮੇਰੇ ਸਾਰੇ ਬਾਹਰ ਨੇ, ਅਸੀਂ ਇੱਥੇ ਰਹਿੰਦੇ ਹਾਂ। ਅਸੀਂ ਐਤਵਾਰ ਰਾਤ ਨੂੰ 1 ਤਰੀਕ 2 ਤਰੀਕ ਨੂੰ ਆ ਕੇ ਅਸੀਂ ਪੁਲਿਸ ਨੂੰ ਲਿਖਾਈ ਆ, FIR ਲਿਖਾਈ ਆ। ਬਸ ਉਹ ਜਦੋਂ ਆਉਂਦੇ ਨੇ ਸਾਨੂੰ ਹੌਂਸਲਾ ਦੇ ਜਾਂਦੇ ਨੇ, ਕੋਈ ਗੱਲ ਨਹੀਂ, ਅਸੀਂ ਤੁਹਾਡੀ ਸੁਣਵਾਈ ਕਰਾਂਗੇ, ਅਸੀਂ ਇੱਦਾਂ ਕਰਾਂਗੇ, ਅਸੀਂ ਵੀ ਤੁਹਾਡੀ ਗੱਲ ਸੁਣ ਰਹੇ ਹਾਂ, ਅਸੀਂ ਇਹ ਕਰਾਂਗੇ ਉਹ ਕਰਾਂਗੇ, ਚੋਰ ਤੁਹਾਨੂੰ ਫੜ ਕੇ ਦਾਂਗੇ। ਪਰ ਅੱਜ 4-5 ਦਿਨ ਹੋ ਚੱਲੇ, ਹਜੇ ਤੱਕ ਉਹਨਾਂ ਨੇ ਕੁਛ ਨਹੀਂ ਸਾਨੂੰ ਪੱਲੇ ਪਾਇਆ ਹੈਗਾ ਜਾਂ ਕਿਸ ਤਰ੍ਹਾਂ ਹੈ। ਕੀ ਨਾਮ ਹੈ ਜੀ ਤੁਹਾਡਾ, ਕੀ ਲੱਗਦਾ? ਗੁਰਭੇਜ ਸਿੰਘ ਮੇਰਾ ਨਾਮ ਹੈ ਜੀ, ਮੇਰੀ ਸਿਸਟਰ ਹੈ ਜੀ। ਜੀ, ਕੀ ਮਾਮਲਾ ਕੀ? ਮਾਮਲਾ ਚੋਰੀ ਦਾ ਜੀ, ਸਾਨੂੰ ਤਾਂ ਉਦੋਂ ਪਤਾ ਲੱਗਾ ਵੀ ਐਤਵਾਰ ਕਿਤੇ, ਮਤਲਬ ਰਾਤ ਨੂੰ ਗਏ ਹੋਏ ਸੀ, ਸ਼ੁੱਕਰਵਾਰ ਰਾਤ ਨੂੰ ਕਿਤੇ ਗਏ ਹੋਏ ਸੀ, ਤਾਂ ਸ਼ਨੀਵਾਰ ਰਾਤ ਨੂੰ ਜਦੋਂ ਇਹ ਵਾਪਸੀ ਆਏ ਆ, ਘਰ ਆਏ, ਤਾਂ ਇਹਨਾਂ ਨੇ ਸ਼ਨੀਵਾਰ ਇਹਦੇ ਘਰ ਰਾਤ ਨੂੰ ਚੋਰੀ ਹੋ ਗਈ ਸੀ। ਜਦੋਂ ਐਤਵਾਰ ਵਾਪਸੀ ਆਏ ਆ, ਤਾਂ ਇਹਨਾਂ ਨੇ ਦੇਖਿਆ ਵੀ ਲੋਕ ਸਾਰੇ ਖੁੱਲ੍ਹੇ ਹੋਏ ਆ, ਚਾਬੀਆਂ ਲੱਗੀਆਂ ਹੋਈਆਂ, ਤਾਂ ਮਤਲਬ ਜਦੋਂ ਆ ਕੇ ਦੇਖਿਆ ਅਲਮਾਰੀ ਦੇ ਵੀ ਲੋਕ ਖੁੱਲ੍ਹੇ ਹੋਏ ਸੀ, ਸਾਰੇ ਲੋਕ ਖੁੱਲ੍ਹੇ ਹੋਏ ਸੀ। ਜਦੋਂ ਇਹਨਾਂ ਨੇ ਦੇਖਿਆ ਅਲਮਾਰੀ 'ਚ, ਮਤਲਬ ਇਹਨਾਂ ਨੇ ਕੁਛ ਦਿਨ ਪਹਿਲਾਂ ਹੀ, ਮਤਲਬ ਜਿੱਦਾਂ ਪਲਾਟ ਵੇਚਿਆ ਹੋਇਆ ਸੀ, ਉਹਦਾ ਬਿਆਨਾ ਪਿਆ ਹੋਇਆ ਸੀ 3 ਲੱਖ ਰੁਪਇਆ ਘਰੇ, ਤਾਂ ਉਸ 3 ਲੱਖ ਤੋਂ ਬਾਅਦ ਮਤਲਬ ਇਹਨਾਂ ਨੇ 3 ਲੱਖ ਘਰੇ ਸੀ, ਕੁਛ ਗਹਿਣੇ ਗੁਣੇ ਪਏ ਸੀ, ਮਤਲਬ ਕੁੱਲ ਮਿਲਾ ਕੇ 6-7 ਲੱਖ ਦੀ ਰਾਸ਼ੀ ਹੈਗੀ ਸੀ, ਮਤਲਬ ਘਰ ਦੇ ਵਿੱਚ ਜਿਹੜੇ ਇੰਨੇ ਕੁ ਪੈਸੇ ਪਏ ਹੋਏ ਸੀ। ਜਦੋਂ ਉਹਦਾ ਆ ਕੇ ਦੇਖਿਆ ਤਾਂ ਕੁਛ ਵੀ ਇਹਨਾਂ ਨੂੰ ਮਿਲਿਆ ਨਹੀਂ ਹੈਗਾ। ਸਰ, ਕੀ ਨਾਮ? ਮੈਂ ASI ਕੁਲਵਿੰਦਰ ਸਿੰਘ, ਥਾਣਾ ਟਿੱਬਾ ਤਨਾਤਾ। ਜੋ ਤੁਸੀਂ ਚੋਰੀ ਬਾਰੇ ਪੁੱਛ ਰਹੇ, ਸੁਰਜੀਤ ਕਲੋਨੀ ਹੋਈ ਸੀ, ਕੁਝ ਦਿਨ ਪਹਿਲਾਂ ਹੋਈ ਸੀ ਚੋਰੀ, ਉਹਦੇ ਸੰਬੰਧੀ ਜਾਂਚ ਚੱਲ ਰਹੀ ਹੈ। ਜੋ ਵੀ ਦੋਸ਼ੀ ਹੋਣਗੇ ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ।